Sí, mi nombre es Ishu Arora. Ishu, congratulations for your Canada visa. Thank you. How do you come to know about Landmark Immigration? Going through Landmark. अच्छा टीवी दे विच शो देखे तो इन्हें इम्प्रेस हो गए लैंडमार्क पहुंच गए हां जी मैं एक्चुअली मैं काफी सक्सेस रेट देखे हैं सिंगा ओके ए तां करके मैं काफी वधिया लग रहा वैसे कितने होर मींस विजिट कीता सी मैम हां फर्स्ट टाइम मैं पिरामिड टू विजिट कीता सी ना ओके बट मैम एक्चुअली थोड़ी प्रॉब्लम होने के कारण मेरी ऑफर लेटर एक्सपायर हो गई सी अच्छा हां जी फिर मैम नेक्स्ट टाइम मैं तो लैंडमार्क तो प्लान की अप्लाई की तो किस हुंदे रहने वाले हो मैम बाबा बकाला नियर अमृतसर नियर अमृतसर ਤੇ ਅੰਮ੍ਰਿਤਸਰ ਵੀ ਲੈਂਡਮਾਰਕ ਇਮੀਗ੍ਰੇਸ਼ਨ ਦਾ ਆਫਿਸ ਹੈ ਹਾਂਜੀ ਮੈਮ ਬਟ ਮੈਂ ਜਲੰਧਰ ਵਿਜ਼ਿਟ ਕੀਤਾ ਸੀ ਅੱਛਾ ਜਲੰਧਰ ਵਿਜ਼ਿਟ ਕੀਤਾ ਤੇ ਹੁਣ ਅੰਮ੍ਰਿਤਸਰ ਤੋਂ ਚੰਡੀਗੜ੍ਹ ਦਾ ਸਫਰ ਲੈਂਡਮਾਰਕ ਇਮੀਗ੍ਰੇਸ਼ਨ ਦੇ ਨਾਲ ਕਿਸ ਤਰ੍ਹਾਂ ਦਾ ਰਿਹਾ ਮੈਮ ਬਹੁਤ ਵਧੀਆ ਸਾਰਾ ਵਧੀਆ ਮੈਮ ਸਨੀ ਸਰ ਨੇ ਅਮਿਤਾ ਮੈਮ ਨੇ ਬਹੁਤ ਵਧੀਆ ਕੰਸਰਟ ਕੀਤਾ ਸਾਰਾ ਕੁਝ ਓਕੇ ਸੋ ਪਤਾ ਮੀਨਸ ਤੁਹਾਨੂੰ ਪਤਾ ਸੀ ਕਿ ਰੂਲਸ ਐਂਡ ਰੈਗੂਲੇਸ਼ਨ ਕੀ ਰਹਿੰਦੇ ਨੇ ਕੈਨੇਡਾ ਦੇ ਹਾਂਜੀ ਮੈਮ ਦਾ ਅਪਲਾਈ ਕਰਨਾ ਹੈ ਮੈਮ 6.56 ਰਿਕੁਆਇਰਮੈਂਟ ਸੀਗੀ ਓਕੇ ਮੈਮ ਮੇਰੇ 6 ਮੈਂਟ ਸੀਗੇ ਓਵਰਆਲ ਐਂਡ ਨਾਟ ਲੈਸ ਦੈਨ 5.5 ਐਂਡ ਬੀਕਾਮ ਦੇ ਵਿੱਚ ਮੇਰੇ 62% ਸੀਗੇ ਓਕੇ ਕਿਹੜੇ ਇਅਰ 2015 ਚ ਪਾਸ ਆਊਟ ਸੀਗੀ ਮੈਨੂੰ ਟੈਨਸ਼ਨ ਸੀਗੀ ਕਾਫੀ ਕਿ ਵੀਜ਼ਾ ਦੇ ਰਿਗਾਰਡਿੰਗ ਕਿ ਨਹੀਂ ਆਣਾ ਬਟ ਮੈਨੂੰ ਹੋਪ ਨਹੀਂ ਸੀਗੀ ਬਿਲਕੁਲ ਵੀ ਬਟ ਫਾਈਨਲੀ ਆਈ ਗਾਟ ਮਾਈ ਵੀਜ਼ਾ ਵਿਦ 6 ਮੈਂਟਸ ਓਕੇ ਸੋ ਇਸ਼ੂ ਅੰਮ੍ਰਿਤਸਰ ਦੇ ਰਹਿਣ ਵਾਲੇ ਹੋ ਲੈਂਡਮਾਰਕ ਇਮੀਗ੍ਰੇਸ਼ਨ ਦੇ ਕੋਲੋਂ ਅਪਲਾਈ ਕੀਤਾ ਹੈਗਾ ਤੇ ਕਿਹੜੇ ਕਾਲਜ ਦੇ ਵਿੱਚ ਐਡਮਿਸ਼ਨ ਹੋਈ ਹੈ ਮੈਮ ਨਾਰਥ ਵੈਸਟ ਕਮਿਊਨਿਟੀ ਕਾਲਜ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਓਕੇ ਤੇ ਕਿਹੜੇ ਕੋਰਸ ਦੇ ਵਾਸਤੇ ਜਾ ਰਹੇ ਹੋ ਮੈਮ ਮੇਰਾ ਬਿਜ਼ਨਸ ਐਡਮਿਨਿਸਟ੍ਰੇਸ਼ਨ ਪ੍ਰੋਗਰਾਮ ਓਕੇ ਸੋ ਡਿਊਰੇਸ਼ਨ ਕੀ ਰਹੇਗੀ ਇਹਦੀ ਮੈਮ 2 ਇਅਰਸ ਤੁਸੀਂ ਸਰਚ ਆਊਟ ਕੀਤਾ ਹੈ ਇਹਦੇ ਬਾਰੇ ਹਾਂਜੀ ਮੈਮ ਬਿਲਕੁਲ ਸਬਜੈਕਟਸ ਵਗੈਰਾ ਦੇਖੇ ਨੇ ਓਕੇ ਸੋ ਇਸ਼ੂ मैसेज की देना चाहूंगी मैं मैसेज यही दूंगी कि एक बार जरूर सारे विजिट करन लैंडमार्क सो दैट उन्होंने भी सक्सेस मिल सके वो भी अपना वीजा ले सके जी दे नाल पापा है हां जी सो बहुत बहुत वर्क अंकल जी जी थैंक यू सो मच फॉर बीइंग विद अस इन दिस शो इशू एंड कांग्रेचुलेशन वन मोर टाइम थैंक यू